ਲੋਕਾਂ ਦਾ ਪ੍ਰੋਸਪੈਕਟਿਵ ਹੈ ਕਿ ਜਿਹੜੇ ਫਿਲਮ ਡਾਇਰੈਕਟਰਸ ਹੁੰਦੇ ਨੇ ਉਹ ਇੱਕ ਸੀਟ ਤੇ ਬੈਠ ਕੇ ਐਕਸ਼ਨ ਤੇ ਘੱਟ ਬੋਲਦੇ ਨੇ। ਦੇਖੋ ਜੀ ਉਹ ਕਹਿੰਦੇ ਨੇ ਵੀ ਟੈਂਸ਼ਨ 'ਚ ਧੌਲੇ ਆ ਜਾਂਦੇ ਹਨਾ, ਤੇ ਮੈਂ ਜਦੋਂ ਦੀ ਫਿਲਮ ਬਣਾ ਕੇ ਮੇਰੀ ਸਾਰੀ ਦਾੜੀ ਚਿੱਟੀ ਹੋ ਗਈ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਆ, ਬਹੁਤ ਵੱਡੀ। ਤੇ ਉਹ ਪਿੱਛੇ ਜੀ ਗੱਲ ਹੋਈ ਸੀ ਜੇ ਹਿੱਟ ਹੋ ਗਈ ਫਿਰ ਤਾਂ ਹੀਰੋ ਦੀ ਆ, ਜੇ ਫਲੋਪ ਹੋ ਗਈ ਫਿਰ ਡਾਇਰੈਕਟਰ ਦੀ। ਹਾਂ ਤੇ ਡਾਇਰੈਕਟਰ ਦਾ ਫੇਰ ਸਟਰਗਲ ਸ਼ੁਰੂ, ਉਹਦੀ ਪੇਮੈਂਟ ਵੀ ਨਹੀਂ ਵਧਣੀ, ਹਿੱਟ ਹੋ ਗਈ ਹੀਰੋ ਦੀ ਪੇਮੈਂਟ ਵੀ ਵੱਧ ਜਾਣੀ ਤੇ ਉਹਨੂੰ 10 ਫਿਲਮਾਂ ਵੀ ਮਿਲ ਜਾਣੀਆਂ। ਹੁਣ ਮੈਂ ਨਹੀਂ ਮਿਲ ਬਣਾਵਾਂ ਤਾਂ ਆਡੀਅੰਸ ਦਾ ਮਤਲਬ ਘਰ ਪਹੁੰਚ ਜਾਣਾ ਮੇਰੇ ਵੀ, ਹਾਂ ਵੀ ਤੂੰ ਆਹ ਬੋਲਿਆ, ਹਾਂ ਦਿਖਾਇਆ ਗਿਆ ਤਾਂ, ਅਤੇ ਉਹਨਾਂ ਨੂੰ ਅਕਸੈਪਟ ਕਰਦੀ ਆ। ਹੁਣ ਐਨੀਮਲ ਬਣੀ, ਉਹਨੇ ਪੈਨ ਇੰਡੀਆ ਕਵਰ ਕਰਿਆ, ਉਹਨੇ ਫੈਮਿਲੀ ਕਿਹੜੀ ਦਿਖਾਈ? ਪੰਜਾਬੀ, ਪੰਜਾਬ ਐਗਜੈਕਟਲੀ। ਹਾਂ ਨਾ, ਡਾਇਰੈਕਟਰ ਸਾਊਥ ਦਾ, ਸਾਊਥ ਦਾ, ਹਾਂ ਸਟਾਰ ਬਾਲੀਵੁੱਡ ਦਾ, ਉਹਨੇ ਤਾਂ ਸਾਰੇ ਹੀ ਕਵਰ ਕਰ ਲਿਆ। ਹਾਂ ਨਾ, ਤੇ ਹੁਣ ਉਹੀ ਪੰਜਾਬੀ ਇੰਡਸਟਰੀ ਆ ਜਿਨ੍ਹਾਂ ਨੇ ਮਤਲਬ ਥੀਏਟਰ ਭਰੇ ਜਾ ਕੇ, ਹੈ ਨਾ। ਜਦਕਿ ਮੈਨੂੰ ਬੜੀ ਪਸੰਦ ਆ ਉਹ ਫਿਲਮ, ਕਈਆਂ ਨੂੰ ਨਹੀਂ ਪਸੰਦ ਆਈ, ਪਰ ਉਹ ਮੈਂ ਡਾਇਰੈਕਟਰ ਦੀ ਫਿਲਮ ਮੰਨਦਾ। ਉਹ ਡਾਇਰੈਕਟਰ ਨੇ ਜੋ ਦਿਖਾਇਆ ਉਹ ਬਾ ਕਮਾਲ, ਹੈ ਨਾ, ਉਹਨੇ ਆਪਣੇ ਦਿਮਾਗ ਨਾਲ ਸਾਰਿਆਂ ਨੂੰ ਚਲਾਇਆ। ਅਤੇ ਫਿਰ ਸਾਡੇ ਵਾਲੇ ਤਾਂ ਉਹੀ ਹੈ ਨਾ ਵੀ ਜੋ ਸਾਡੇ ਖੂਨ 'ਚ ਆ ਪੰਜਾਬੀਆਂ ਦੇ, ਉਹਨੇ ਉਹੀ ਕਰੈਕਟਰ ਦਿਖਾਇਆ ਇੱਕ। ਮੈਂ ਪਿੱਛੇ ਇੱਕ ਇੰਟਰਵਿਊ 'ਚ ਗਿਆ, ਮਾਂ ਜੇ ਮੇਰੇ ਸਿੱਖਣਾ ਜਾਂ ਹੈ ਨਾ ਕੋਈ ਸਲਾਹ, ਜਾਂ ਗੁਰਦੁਆਰੇ ਜਾਓ, ਬਾਣੀ ਪੜ੍ਹੋ। ਜੇ ਤੁਸੀਂ ਕੋਈ ਸਿੱਖਣੀ ਚਾਹੁੰਦੇ ਹੋ ਕਿਸੇ ਦੇ, ਮਤਲਬ ਕਹਿੰਦੇ ਵੀ ਫਿਲਮ ਦੇਖ ਕੇ ਮੈਂ ਆਹ ਚੀਜ਼ ਆਪਣੇ 'ਚ, ਕਹਿੰਦੇ ਨੇ ਵੀ ਚੇਂਜ ਕਰੂੰਗਾ, ਅਤੇ ਮਤਲਬ ਸਭ ਤੋਂ ਵਧੀਆ ਚੀਜ਼ ਆ ਬਾਣੀ ਪੜ੍ਹੋ, ਕਿਤਾਬਾਂ ਪੜ੍ਹੋ ਚੰਗੀਆਂ, ਹੈ ਨਾ, ਵੀ ਜੇ ਤੁਸੀਂ ਸਿੱਖਣਾ। ਫਿਲਮ ਹੈਗੀ ਐਂਟਰਟੇਨਮੈਂਟ, ਉੱਥੇ ਸਿਰਫ ਐਂਟਰਟੇਨਮੈਂਟ ਲਈ ਆ ਵੀ ਯਾਰ, ਅਸੀਂ ਆਇਆ ਐਂਟਰਟੇਨਮੈਂਟ ਹੋਇਆ, ਬਸ ਗੱਲ ਖਤਮ। ਮੈਂ ਪਿੱਛੇ ਇੱਕ ਫਿਲਮ ਲਿਖੀ ਦੀ ਲਵਰ, ਹੈ ਨਾ, ਜਦੋਂ ਲਵਰ ਮੈਂ ਦਿੱਤੀ ਕੇ ਵੀ ਨੂੰ, ਹੈ ਨਾ, ਐਜ਼ ਏ ਰਾਈਟਰ ਮੇਰੀ ਆਈ ਦੀ, ਮੈਂ ਉਹਨਾਂ ਨੂੰ ਕਿਹਾ ਤਾ ਮੈਂ ਵੀਰੇ ਵੀ ਜਿਹੜੀ ਇਹ ਫਿਲਮ ਹੈ ਨਾ, ਮਤਲਬ ਇੱਕ ਸਾਲ ਚਾਹੀਦਾ ਮੈਨੂੰ ਐਕਟਰ ਦਾ, ਕਿਉਂਕਿ ਤਿੰਨ ਚੇਂਜ ਆ ਉਹਦੇ 'ਚ, ਅਤੇ ਇੱਕ ਸਾਲ ਉਹੀ ਬੰਦਾ ਦੇ ਸਕਦਾ। ਹੁਣ ਜਿਹਨੇ ਨਾ ਹਰੇਕ ਮਹੀਨੇ ਫਿਲਮ ਕਰਨੀ ਆ ਜਾਂ 2 ਮਹੀਨੇ ਬਾਅਦ ਫਿਲਮ ਕਰਨੀ ਆ, ਉਹ ਕਦੀ ਨਹੀਂ ਕਰੂਗਾ, ਕਿਉਂਕਿ ਉਹਨੇ ਲੁੱਕ ਹੀ ਨਹੀਂ ਮੈਨੇਜ ਹੁੰਦੀ ਉਹਦੀ, ਅਤੇ ਉਹਨਾਂ ਨੇ ਉਹਨੂੰ ਇੱਕ ਸਾਲ ਦਿੱਤਾ, ਅਤੇ ਉਹ ਬਹੁਤ ਸੋਹਣੀ ਬਣੀ ਉਹ। ਤਾਂ ਕਰਕੇ ਕਿਤੇ ਨਾ ਕਿਤੇ ਮੈਨੂੰ ਇਹ ਹੁੰਦਾ, ਜ਼ਿਆਦਾ ਤਾਂ ਤੁਹਾਨੂੰ ਐਕਟਰ ਉਹੀ ਮਿਲਦੇ ਆ ਜੇ ਤੁਸੀਂ ਉਹਨਾਂ ਨੂੰ ਸਬਜੈਕਟ ਸੁਣਾਉਣਾ, ਨਹੀਂ ਭਾਅ ਜੀ ਮੇਰੀ ਆਹ ਲੋਕਾਂ 'ਤੇ ਇੱਦਾਂ ਇੱਦਾਂ ਚਾਹੁੰਦਾ, ਉਹ ਕਹਿੰਦਾ ਨਹੀਂ ਵੀਰੇ ਵੀ ਲੁੱਕ ਲੱਕ ਤਾਂ ਇਹੀ ਰਹਿਣੀ ਆ, ਕਿਉਂਕਿ ਮੇਰੀ ਅਗਲੇ ਮਹੀਨੇ ਫਿਲਮ ਸ਼ੁਰੂ ਆ। ਅਤੇ ਦੂਜੀ ਸਭ ਤੋਂ ਬੜੀ ਪ੍ਰੋਬਲਮ ਜਿਹੜੀ ਆਉਂਦੀ ਵੀ ਵੀਰੇ ਮੇਰੇ ਕੋਲ 25 ਜਾਂ 30 ਦਿਨ। ਤੁਸੀਂ ਗੱਲ ਕੀਤੀ ਲਵਰ ਦੀ, ਹੈ ਨਾ, ਬਹੁਤ ਸੋਹਣੀ ਸਟੋਰੀ ਹੈ, ਬਹੁਤ ਸੋਹਣੀ ਲਿਖੀ ਹੋਈ ਹੈ, ਤੁਸੀਂ ਸੋਚਿਆ ਨਹੀਂ ਕਿ ਮੈਂ ਡਾਇਰੈਕਟ ਕਰੂੰਗਾ? ਮੈਂ ਤਾਂ ਸਗੋਂ ਪ੍ਰੋਡਕਸ਼ਨ ਹਾਊਸ ਨੂੰ ਵੀ ਕਹਿਣਾ ਹੁੰਦਾ ਪਿੱਛੇ ਜੇ ਵੀ ਵੀਰੇ ਤੁਸੀਂ ਇੱਕ ਜਿਹੜੀ 15-20 ਕਰੋੜ ਦੀ ਇੱਕ ਬਣਾਉਂਦੇ ਹੋ, ਹੈ ਨਾ, ਵੀ ਤੁਸੀਂ, ਮੈਂ ਕਹਿੰਦਾ 20 ਦੀਆਂ 10 ਬਣ ਜੂਗੀਆਂ, 2-2 ਦੀਆਂ, ਜਿਹਦੇ 'ਚ ਨਵਾਂ ਹੀਰੋ ਵੀ ਆ ਜੂਗਾ, ਨਵੀਂ ਹੀਰੋ।